ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਦੇਖ ਰਹੇ ਹੋ ਤੇਜ਼ ਰਫ਼ਤਾਰ ਟੀਵੀ। ਹੁਣ ਖਬਰ ਆ ਮੋਗਾ ਤੋਂ। ਅੱਜ ਮੋਗਾ ਵਿਖੇ ਕੱਪੜਾ ਮਾਰਕੀਟ ਨਜ਼ਦੀਕ ਡੇਰਾ ਬਾਬਾ ਭੋਲੇਨਾਥ ਮੰਦਰ ਯੋਗ ਆਸ਼ਰਮ ਵਿਖੇ ਮੋਗਾ ਦੇ ਨਵੇਂ ਬਣੇ ਡਿਪਟੀ ਮੇਅਰ ਅਸ਼ੋਕ ਧਮੀਜਾ ਜੀ ਨੂੰ ਡੇਰਾ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੇ ਡੇਰੇ ਵਿੱਚ ਪਹੁੰਚ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉੱਥੇ ਡੇਰਾ ਕਮੇਟੀ ਦੇ ਮੈਂਬਰ ਲਾਠੀ ਧਮੀਜਾ, ਭਾਨੂ ਪ੍ਰਤਾਪ, ਕਰਨ ਕੁਮਾਰ, ਜਸਵੀਰ ਸਿੰਘ, ਗੁਰਜੀਤ ਸਿੰਘ, ਮੁਲਖ ਰਾਜ, ਨਰੇਸ਼ ਕੁਮਾਰ, ਸੋਨੂ ਵਰਮਾ, ਵਿੱਕੀ ਵਰਮਾ, ਮਾਨਵ ਪੰਡਿਤ, ਰਿੰਕੂ ਵਰਮਾ, ਜੋਨੀ ਗਾਬਾ ਅਤੇ ਮੋਨੂ ਸ਼ਰਮਾ ਹਾਜ਼ਰ ਸਨ। ਸਾਹਮਣੇ ਦੇਖੋ ਪ੍ਰਧਾਨ ਜੀ, ਸਿੱਧਾ ਦੇਖੋ ਅੱਜ ਮੈਨੂੰ ਡੇਰੇ ਵਾਲਿਆਂ ਨੂੰ ਸਨਮਾਨਿਤ ਕੀਤਾ। ਮੈਂ ਇਹਨਾਂ ਦਾ ਬਹੁਤ ਵੱਡਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਸਨਮਾਨ ਯੋਗ ਸਮਝਿਆ। ਅਤੇ ਮੈਂ ਅੱਜ ਤੋਂ ਇਹ ਕਹਿੰਦਾ ਹਾਂ ਕਿ ਜੋ ਮੈਨੂੰ ਇਹ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ ਉਸ ਦੇ ਲਈ ਮੈਂ ਤਨੋ ਮਨੋ ਇਹ ਸੇਵਾ ਕਰਦਾ ਰਹਾਂਗਾ ਅਤੇ ਸ਼ਹਿਰ ਵਾਸੀਆਂ ਦੇ ਨਾਲ ਕੰਧੇ ਨਾਲ ਕੰਧਾਂ ਮਿਲਾ ਕੇ ਚੱਲਾਂਗਾ। ਅਤੇ ਜਿਹੜੀ ਟੀਮ ਮੇਰੇ ਨਾਲ ਹੁਣ ਜੁੜੀ ਹੈ MC ਟੀਮ, ਉਹ ਬਹੁਤ ਹੀ ਵਧੀਆ ਟੀਮ ਜੁੜੀ ਹੈ ਜਿੰਨਾ ਕਿ ਨਾ ਕੋਈ ਭ੍ਰਿਸ਼ਟਾਚਾਰ ਹੈ, ਸਾਫ਼ ਸੁਥਰੇ ਅਕਸ਼ ਵਾਲੇ ਬੰਦੇ ਹਨ। ਅਤੇ ਉਹ ਮੈਨੂੰ ਪੂਰੀ ਉਮੀਦ ਹੈ, MLA ਸਾਹਿਬ ਡਾਕਟਰ ਹਰਜੋਤ ਕਮਲ ਮੇਰੇ ਨਾਲ ਹਨ ਅਤੇ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਅਤੇ ਸੋਹਣਾ ਬਣਾਉਣ ਦੀ ਬਣਾਵਾਂਗੇ।
तो मैं डेरा कमेटी वालों डेरा बाबा भोला नाथ कमेटी का तह दिलों धन्यवाद करता हाँ। तो इतने आके मैं पहले बाबा जी के नमस्तक हो के ये सम्मान लिता है। धन्यवाद।